ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ। ਸਵੇਰ ਦੇ ਵੱਜ ਗਏ 7:40 ਹੋ ਗਏ ਅਤੇ ਬਾਕੀ ਅੱਜ ਬੜੇ ਕੰਮ ਕਰਨੇ ਆ। ਅੱਜ ਮੇਨ ਕੰਮ ਹੈਗਾ ਸਾਰਾ, ਜਿਹੜੀ ਸ਼ੋਪਿੰਗ ਹੈ ਉੱਥੇ ਸ਼ੋਪਿੰਗ ਕਰਨੀ ਹੈ, ਗਰੋਸਰੀ ਦੀ। ਜਿਹੜਾ ਆਪਾਂ ਟ੍ਰਿਪ ਚੱਲੇ ਹਾਂ ਉੱਥੇ ਜਿਹੜੀ ਮਾੜੀ ਮੋਟੀ ਆਪਾਂ ਕੈਂਪਿੰਗ ਕਰਨੀ ਹੈ ਯਾਰ, ਕੈਂਪਿੰਗ ਤਾਂ ਨਹੀਂ ਜ਼ਿਆਦਾ, ਮੇਨ ਕੈਂਪਿੰਗ ਤਾਂ ਨਹੀਂ ਹੈਗੀ ਆ, ਬਸ ਆਪਣੇ ਦਿਲ ਨੂੰ ਮਨ ਪਰਚਾਵੇ ਨੂੰ ਆਪਾਂ ਕਰਨੀ ਹੈ ਉੱਥੇ ਕੈਂਪਿੰਗ, ਜਿੱਥੇ ਆਪਾਂ ਨੂੰ ਘੈਂਟ ਜਗ੍ਹਾ ਲੱਗੀ। ਅਤੇ ਬਾਕੀ ਹੈ ਇੰਟਰੋ ਆਪਾਂ ਕਰਦੇ ਹਾਂ ਅੱਜ ਦੇ ਵਲੋਗ ਦੀ। ਵੈਲਕਮ ਬੈਕ ਟੂ ਅਵਰ ਚੈਨਲ। ਜਿਹੜਾ ਚੈਨਲ 'ਤੇ ਨਵਾਂ ਆਇਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਚੱਲਦੇ ਚੱਲਦੇ ਵਲੋਗ ਨੂੰ ਕਰ ਦਿਓ ਲਾਈਕ, ਅਤੇ ਬੈੱਲ ਆਈਕਨ ਜ਼ਰੂਰ ਦੱਬ ਲਿਓ, ਕਿਉਂਕਿ ਅਗਲੇ ਹੁਣ ਵਲੋਗ 1 ਨੰਬਰ ਆਉਣੇ ਆ ਸਿਰਾ ਸਿਰਾ 'ਤੇ। ਚੈਨਲ ਸਬਸਕ੍ਰਾਈਬ ਕਰਕੇ ਅਤੇ ਬੈੱਲ ਆਈਕਨ ਜ਼ਰੂਰ ਦੱਬ ਕੇ ਰੱਖਿਓ ਕਿ ਜਦੋਂ ਵਲੋਗ ਨਵਾਂ ਆਊਗਾ ਤੁਹਾਡੇ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਜੂਗੀ। ਅਤੇ ਬਾਕੀ ਕਰਦੇ ਹਾਂ ਜਿਹੜੇ ਦਿਨ ਦੀ ਸਟਾਰਟ, ਅਤੇ ਨਿੱਕੇ ਮੋਟੇ ਕੰਮ ਕਰਨੇ ਸਟਾਰਟ ਕਰੀਏ। ਸਵੇਰ ਦਾ ਟਾਈਮ ਸੀਗਾ, ਅਤੇ ਬਾਕੀ ਦੇਖਦੇ ਹਾਂ ਕੀ ਕਰਦੇ ਹਾਂ, ਕੰਮ ਕਿੱਥੋਂ ਕੰਮ ਸਟਾਰਟ ਹੁੰਦਾ ਉਹ ਸਾਨੂੰ ਵੀ ਨਹੀਂ ਪਤਾ, ਉਹ ਤੁਹਾਨੂੰ ਵਲੋਗ 'ਚ ਵੀ ਪਤਾ ਲੱਗ ਜੂਗਾ। ਬਾਕੀ ਜੁੜੇ ਰਹੋ ਵਲੋਗ ਨਾਲ, ਸਾਰਾ ਕੁਛ ਦਿਖਾਵਾਂਗੇ ਅੱਜ ਦੇ ਕਿ ਕਿਵੇਂ ਕੀ ਕੀ ਸ਼ੋਪਿੰਗ ਕਰੀ ਹੈ, ਕੀ ਨਹੀਂ। ਬਾਕੀ ਚੱਲਦੇ ਹਾਂ। ਸਵੇਰ ਦੇ ਵੱਜ ਗਏ 10, ਤੇ ਹੁਣ ਨਹਾ ਧੋ ਕੇ ਚੱਲੇ ਹਾਂ ਦੁਕਾਨ ਤੇ। ਅੱਜ ਸਾਰੇ ਸ਼ਾਮ ਤੱਕ ਜਾਂ ਦੁਪਹਿਰ ਤੱਕ ਸਾਰੇ ਦੁਕਾਨ ਦੇ ਕੰਮ ਜਾਂ ਹੋਰ ਨਿੱਕੇ ਮੋਟੇ ਕੰਮ ਨਿਬੇੜਾਂਗੇ, ਫਿਰ ਉਸ ਤੋਂ ਬਾਅਦ ਗਰੋਸਰੀ ਦਾ ਸਾਰਾ ਸਮਾਨ ਲਿਆਵਾਂਗੇ, ਠੀਕ ਹੈ। ਅਤੇ ਗਰੋਸਰੀ ਦੇ ਵਿੱਚ ਦੇਖਦੇ ਹਾਂ ਕੀ ਲੈਣਾ, ਸਾਰੇ ਪਲੈਨਿੰਗ ਕਰਦੇ ਹਾਂ। ਅਤੇ ਹੁਣ ਨਿੱਕੇ ਮੋਟੇ ਜਿਹੜੇ ਕੰਮ ਹੈ ਹੁਣ 2-4 ਘੰਟਿਆਂ ਦੇ ਵਿੱਚ ਸਾਰੇ ਨਿਬੇੜ ਦਾਂਗੇ, ਫਿਰ ਉਸ ਤੋਂ ਬਾਅਦ ਵਲੋਗ ਨੂੰ ਕਰਦੇ ਹਾਂ ਕੰਟੀਨਿਊ। ਪਿੱਛੇ ਇਹ ਵਾਲਾ ਉਧਰ ਉਧਰ ਲਾ, ਇਧਰ ਇਧਰ ਲਾ, ਉਧਰ ਹੈ, ਫਿਰ ਦੇਖਦੇ ਆ ਅਲਾਈਨਮੈਂਟ ਕਰਾ ਲਈਏ। ਇਸ ਤੋਂ ਬਾਅਦ ਫਿਰ ਸਮਾਨ ਲੈਣ ਜਾਣਾ ਖਾਣ ਪੀਣ ਵਾਲਾ, ਅੱਧੇ ਸੁੱਤੇ ਰਹਿੰਦੇ ਆ ਤਾਂ ਲਾ ਦੇ ਸਾਰੇ ਟਾਇਰ ਟੱਪੇ ਲਾ ਦੇ, ਗੱਡੀ ਵਾਲੀ ਲੁੱਕ ਦਾ ਸਿਰੇ ਲੱਗ ਰਹੀ ਹੈ ਓਏ, ਹੈ ਓਏ, ਇੱਧਰ ਨੂੰ ਗੱਡੀਆਂ ਦੀ ਵੀਡੀਓ ਬਹੁਤ ਘੈਂਟ ਬਣਦੀ ਆ। ਇੱਥੇ 18-ਇੰਚੀ ਟਾਇਰ ਨੀ ਮਦੇ ਆ ਬਿੱਲੋ ਤੇਰੇ ਸ਼ਹਿਰ ਦੀ, ਉਹਨੇ ਤੇ ਗਾਣਾ ਲਾਣਾ 18-ਇੰਚੀ ਟਾਇਰ ਨੀ। ਹਾਂ ਕਿਆ ਕਹਿ ਰਹੇ, ਸਪੇਸਰ ਦੀ ਕਿਆ ਲੋੜ ਹੈ, ਦੇਖ ਜਗ੍ਹਾ ਗਿੱਠ ਦਾ ਫਰਕ ਪੂਰਾ, ਸਪੇਸਰ ਦੀ ਤਾਂ ਲੋੜ ਨਹੀਂ ਪੈਣੀ। ਦੱਸ ਦੀ ਇਹਨੂੰ ਕ੍ਰੋਸ ਕਰਾਣੇ ਜੇ ਜਿਵੇਂ ਉਹ ਇੱਧਰ, ਗਰਮੀ ਤਾਂ ਬਹੁਤ ਹੋਈ ਪਈ ਆ, ਕੋਈ ਨਾ ਤੈਨੂੰ ਠੰਡ 'ਚ ਲੈ ਜਾਵਾਂਗੇ ਕੱਲ੍ਹ ਨੂੰ, ਠੰਡੇ ਇਲਾਕੇ 'ਚ ਲੈ ਵੀ ਮੁੰਡੇ ਕਹਿੰਦੇ ਐ ਲਸ਼ਕਾ ਕੇ ਲੈ ਕੇ ਜਾਣੀ ਆ ਅੰਦਰੋਂ ਬਾਹਰੋਂ ਗੱਡੀ, ਇੱਥੇ ਮਾਰ ਉੱਥੇ ਡੈਸ਼ਬੋਰਡ ਤੇ ਮਾਰ, ਉਹਦੇ ਪਾ ਕਿਆ ਕਰਨਾ, ਪਾਰਸ ਚੱਕ ਹੋ ਰਹੀ ਹੈ ਗੱਡੀ, ਲਿਫਟ ਹੋ ਰਹੀ ਹੈ, ਲਿਫਟ ਕਿੱਟ ਲੱਗ ਰਹੀ ਨੀਚੇ ਨੂੰ, ਚਿੰਚਣੇ ਟਿੰਡਣੇ। ਹਾਂਜੀ ਕਾਕਾ ਬੱਲੀ ਵਧੀਆ ਮਾਰਾਂਗੇ ਸਰ, ਹੋਰ ਦੱਸੋ ਸਰ, ਹੋਰ ਕੁਛ ਸਰ, ਮੁੰਡੇ ਕਹਿੰਦੇ
ਲਿਸ਼ਕੂ ਲਿਸ਼ਕੂ ਕਰ ਦੇਣੀ ਲਿਸ਼ਕੂ ਲਿਸ਼ਕੂ ਹੈ ਲੋ ਜੀ 18 ਇੰਚੀ ਤੋਂ 20 ਇੰਚੀ ਹੋ ਗਿਆ ਕੋਈ ਨਾ ਸੂਨ ਹੈ ਸੂਨ ਹੈ ਵੀਰ ਜੀ ਸੂਨ 20 ਇੰਚੀ ਸੂਨ ਹੈ ਤੁਸੀਂ ਦੱਸੋਗੇ ਜੀ ਕਿਹੜੇ ਪਵਾਣੇ ਆ ਪੱਲਾ ਇਹ ਜਡੈਨ ਦੱਸੋ ਨਵਾਂ ਖਰਚਾ ਛੱਡ ਗਿਆ ਹੈ ਨਵਾਂ ਖਰਚਾ ਹੋ ਗਿਆ ਜੀ ਆਲੋ ਜੀ ਆ ਨਵਾਂ ਖਰਚਾ ਪੈਂਚਰ 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 ਹੋ ਗਿਆ ਬਾਈ ਟਾਇਰ ਇੱਕ ਪਹਿਲਾਂ ਵੀ ਟਾਇਰ ਕ੍ਰਾਸ ਹੋ ਗਏ ਐ ਓਏ ਆਇਆ ਆਇਆ ਲਿਆ ਫਿਰ ਬਸ ਹੋ ਗਿਆ ਕਹਿੰਦੇ ਨੇ ਮਿੱਤਰੋ ਆਹ ਪਵਾਣੀ ਆਓ ਟੁੱਟ ਗਈ ਯੋ ਰਬੜ ਪੈ ਰਹੀ ਇਹ ਨਵਾਂ ਪਵਾਉਣ ਲੱਗੇ ਆ ਛੋਕਰੇ ਪਾ ਦੇ ਨਵੀਂ ਨਵੀਂ ਕਰਕੇ ਜੱਡ ਕਰਕੇ ਉਹ ਦੇਖੀ ਤੂੰ ਚੜਾ ਨਾ ਦੇਈ ਕਿਸੇ ਤੇ ਗਾਡੀ ਬਸ ਕਿਤਨਾ ਪੈਸਾ ਦੋਨੋ ਪੈਣੇ ਆ ਪੁੱਛੇ ਆਹਾ ਚਲ ਦੇਖੀ ਦੇਖੀ ਭਾਈ ਆ ਵੀ ਕੰਮ ਹੋ ਗਿਆ ਹੁਣ ਆਪਾਂ ਆਪਣਾ ਕਿਹੜਾ ਰਹਿ ਗਿਆ ਗਰੋਸਰੀ ਵਾਲਾ ਹਾਂਜੀ ਗਰੋਸਰੀ ਸਪੋਪਿੰਗ ਰਹਿ ਗਈ ਸ਼ੋਪਿੰਗ ਗਰੋਸਰੀ ਲਿਆ ਕੇ ਚਲ 6 ਵਜੇ ਜਾਂਦੇ ਉਹਨੇ ਨੂੰ ਆਪਾਂ ਗੈਸ ਕੈਨ ਲੈ ਆਈਏ ਮੈਂ ਤੇ ਪਰਸ ਗੈਸ ਕੈਨ ਲੈ ਆਈ ਤੂੰ ਆਪਣਾ ਜਾਇਆ ਜਿੱਥੇ ਕੰਮ ਜਾਣਾ ਫਿਰ ਮਿੱਤਰੋ ਪਹਿਲਾਂ ਹੁਣ ਗੈਸ ਕੈਨ ਲੈਣ ਆਏ ਸੀ ਹੈ ਪਰਸ ਆਹ ਲੈ ਜਾਈਏ ਹਾਲ ਵੱਡੇ ਵਾਲਾ ਬਸ ਅਸੀਂ ਹੈ ਤਾਂ ਅਸੀਂ ਕਰਨੀਆਂ ਪੈਂਦੀਆਂ ਵੀਰੇ ਕਿਆ ਕਰੀਏ ਲੋਕ ਬੋਰ ਹੋ ਜਾਂਦੇ ਆ ਆਹ ਦੇਖ ਦੇਖੀ ਜਾ ਰਿਹਾ ਇਹ ਆਪਣੇ ਵਾਸਤੇ ਸਰ ਜਦੋਂ ਨਵਾਂ ਡੱਬਾ ਖੁੱਲ੍ਹਣ ਵਾਲਾ ਆਹ ਦੇਖੀ ਜਾ ਰਿਹਾ ਵਲੋਗ ਲਾਈਕ ਕਰ ਰਿਹਾ ਕਰ ਯਾਰ ਲਾਈਕ ਕਰੋ ਯਾਰ ਕਰ ਸਬਸਕ੍ਰਾਈਬ ਵੀ ਕਰ ਯਾਰ ਆਹ ਦੇਖ ਖੁੱਲ੍ਹ ਗਿਆ ਹਾਂ ਯੋ ਬਾਈ ਯੋ ਹੈ ਦੋ ਦੇ ਦੇ ਇੱਕ ਹੋਰ ਦੋ ਵੀਰੇ ਦੋ ਯੋ ਬਸ ਪਿਕਨਿਕ ਵੀ ਲੈ ਸੀ ਹੋਤਾ ਹਾਂ ਭਰਾ ਯੋ ਜੇ ਪਹਾੜੋਂ ਮੇ ਹੋਤਾ ਹੈ ਕਾਪੀ ਲੈ ਗਿਆ ਬਾਬੇ ਸਾਰਾ ਕੁਛ ਹਿਸਾਬ ਕਿਤਾਬ ਰੱਖਣਾ ਪੈਂਦਾ ਮੇਜਰ ਸਾਹਿਬ ਕੋਈ ਕਹਿ ਨਾ ਦੇ ਬਾਈ ਕਿੱਥੇ ਲਾ ਦੇ ਕਿਤੇ ਲੋਕ ਐ ਦੱਬ ਲੇ ਇੱਥੋਂ ਟ੍ਰਿਪ ਨਵਾਂ ਸਟਾਰਟ ਕਰਾਂਗੇ ਨਿਊ ਟ੍ਰਿਪ ਐਕਸਪੈਂਸ ਲਿਖਾਈ ਹੈ ਹੈਗੀ ਉਹ ਆਪਣੀ ਲਿਖਾਈ ਦਾ ਕੋਈ ਚੱਕਰ ਨਹੀਂ ਬ੍ਰੋ ਆਪਣੇ ਆ ਗਏ 200 ਚਲੋ ਜੀ ਖਰਚਾ ਸ਼ੁਰੂ ਹੋ ਗਿਆ ਟ੍ਰਿਪ ਦਾ ਹੁਣ ਚੱਲਦੇ ਹਾਂ ਹੁਣ ਗਰੋਸਰੀ ਵੀ ਲੈਣੀ ਹੈ ਹਾਂਜੀ ਹਾਂਜੀ ਗਰੋਸਰੀ ਦਾ ਵੀ ਗੇੜਾ ਦੇ ਕੇ ਆਉਣਾ ਚਲੋ ਫਿਰ ਉੱਥੇ ਚੱਲੀਏ ਲੋ ਤਿਆਰੀਆਂ ਸ਼ੁਰੂ ਹੋ ਗਈਆਂ ਆਪਣੇ ਨਾਲ ਵੀਰ ਖੜੇ ਨੇ ਸਾਰੇ ਗਰੋਸਰੀ ਸ਼ਾਪਿੰਗ ਸਟਾਰਟ ਹੋ ਗਈ ਕਹਿੰਦੇ ਹੋ ਗਈ ਬਈ ਹੋ ਗਈ ਪਹਿਲਾਂ ਕਰ ਲਈਏ ਫਿਰ ਉਸ ਤੋਂ ਬਾਅਦ ਇੱਕ ਵੀਰੇ ਉਹ ਓਰੀਗਨੋ ਇਹ ਜਿਹੜਾ ਇਹ ਕਿੰਨੇ ਦੀ ਹੈ ਜੀ ਕਾਫੀ ਬੋਲ ਰਹਾ ਹੈ ਤੋ ਆ ਜਾ ਮੈਂ ਤਾਂ ਬਾਕੀ ਹੋਰ ਬਈ ਯਾਰ ਵੀ ਮੈਂ ਪਹਿਲੇ ਉਹ ਜੋ ਜਾਏਗਾ ਸਟਾਰਟ ਕਰ ਲਿਆ ਤਾਂ ਬਸ ਜਿਹੜਾ ਹੀ ਚੱਕ ਲਓ ਆਣ ਦੋ ਫਿਰ ਉਹ ਤੇ ਕੋਈ ਕੋ ਤੁਹਾਡੇ ਆ ਗਏ ਜੀ 16 ਵੀ ਲੈ ਲਓ ਆਣ ਕੇ ਵੀ ਬਣਾਇਆ ਕੋਈ ਬਣਾਇਆ ਇੱਕ ਰੈਪ ਹੈ
मौसम भी पूरा चिपकाड़ है। Hours later. हाँ जी मित्रों, सारी ग्रोसरी की शॉपिंग अपनी हो गई है, सारा समान ले लिया, तो माड़ा निक्का मोटा रह गया सवेरे ही ले लेंगे। तो बाकी हूँ चलती सी पैकिंग, सारे कपड़े पा रहा है, जैकट एक जैकट लैके चलिया, टी शर्टा हो गई, अपन पगा परने हो गए, बनैना हो गई, अपना स्टॉप हो गया, लोअर तो पेंटा पुंटा हो गई, तो बाकी ऑलमोस्ट सारी पैकिंग बस होएगी, बैग च पाना समान, ग्रोसरी भी पूरी होगी, तो थोनों उत्थे जाके दसेंगे की लिया। बाकी पिछलिया क्लिपा च माड़ा मोटा थोड़ा आइडिया हो गया होना की दिता, तो इंस्टा से फॉलो कर लियो, तो इंस्टा से थोड़ा पता लग जाया करूँगा कितने कितने चले हैं पहला, क्योंकि हूँ ब्लॉग तो रिवील होना नहीं, आज ब्लॉग पैरे बना रहे हैं, तो कल पेगा, तो मतलब ब्लॉग पेगा जिदन असी जावे, मतलब असी जाना 14 तरीक न, अज हैगी 13 तरीक, 14 तरीक ब्लॉग पेगा, तो बाकी ब्लॉग थोनों पता लगते रहूंगे कदों पैने कदों नहीं। तो बाकी बस पैकिंग करिए, कल की तैयारी करिए, सवेरे जल्दी निकलना, तो मिलते हैं हूँ नैक्सट ट्रिप वाले ब्लॉगों के, एक नंबर सारे ब्लॉग होंगे, एपीसोड बनूंगे पूरे, बस सबसक्राइब करके रखो चैनल, तो मिलते हैं हूँ नैक्सट ब्लॉग के। टिल दैन बाय बाय।